ਆਈਫੋਨ ਨਿਰਮਾਤਾ ਐਪਲ ਇੰਕ ਨੇ ਕਿਹਾ ਹੈ ਕਿ ਉਹ ਕੁਝ ਵਿਰੋਧੀ ਸੰਸਦ ਮੈਂਬਰਾਂ ਨੂੰ ਭੇਜੇ ਗਏ ਚੇਤਾਵਨੀ ਸੰਦੇਸ਼ਾਂ ਨੂੰ ਕਿਸੇ ਖਾਸ ਸਰਕਾਰ ਦੁਆਰਾ ਸਪான்ਸਰ ਕੀਤੇ ਹਮਲਾਵਰਾਂ ਨਾਲ ਨਹੀਂ ਜੋੜਦਾ ਹੈ ਅਤੇ ਇਸ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਹੈ ਕਿ ਅਜਿਹੀਆਂ ਚੇਤਾਵਨੀਆਂ ਦਾ ਕੀ ਕਰਨਾ ਹੈ ਕਈ ਵਿਰੋਧੀ ਨੇਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਐਪਲ ਤੋਂ ਚੇਤਾਵਨੀ ਨੋਟਿਸ ਪ੍ਰਾਪਤ ਹੋਏ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੁਆਰਾ ਸਪਾਂਸਰਡ ਹਮਲਾਵਰ ਰਿਮੋਟਲੀ ਉਨ੍ਹਾਂ ਦੇ ਆਈਫੋਨ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਐਪਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸੰਭਵ ਹੈ ਕਿ ਕੁਝ ਖਤਰੇ ਦੀਆਂ ਸੂਚਨਾਵਾਂ ਗਲਤ ਚੇਤਾਵਨੀਆਂ ਹੋ ਸਕਤੀਆਂ ਹਨ ਅਤੇ ਕੁਝ ਹਮਲਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕੰਪਨੀ ਨੇ ਕਿਹਾ ਹੈ ਕਿ ਐਪਲ ਕਿਸੇ ਕਾ ਸਰਕਾਰ ਦੁਆਰਾ ਸਪான்ਸਰ ਕੀਤੇ ਹਮਲਾਵਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਹੈ ਐਪਲ ਨੇ ਕਿਹਾ ਕਿ ਸਰਕਾਰ ਦੁਆਰਾ ਸਪான்ਸਰ ਕੀਤੇ ਹਮਲਾਵਰ ਵਿੱਤੀ ਅਤੇ ਤਕਨੀਕੀ ਤੌਰ ਤੇ ਬਹੁਤ ਮਜ਼ਬੂਤ ਹਨ ਅਤੇ ਉਹਨਾਂ ਦੇ ਹਮਲੇ ਸਮੇਂ ਦੇ ਨਾਲ ਵਿਕਸਿਤ ਹੁੰਦੇ ਹਨ ਕੰਪਨੀ ਨੇ ਕਿਹਾ ਹੈ ਕਿ ਅਜਿਹੇ ਹਮਲਿਆਂ ਦਾ ਪਤਾ ਲਗਵਾਉਣਾ ਤਮਕੀਆਂ ਖੁਫੀਆ ਸੰਗਠਨਾਂ ਤੇ ਨਿਰਭਰ ਕਰਦਾ ਹੈ ਜੋ ਅਕਸਰ ਅਧੂਰੇ ਹੁੰਦੇ ਹਨ ਕਿਉਂਕਿ ਇਸ ਨਾਲ ਸਰਕਾਰ ਸਪான்ਸਰ ਹਮਲਾਵਰਾਂ ਨੂੰ ਪਵਿਕ ਪੜੰਤੂ ਬਚਣ ਲਈ ਆਪਣੇ ਤੌਰ ਤਰੀਕੇ ਬਦਲਣ ਦੇ ਵਿੱਚੋਂ ਮਦਦ ਮਿਲ ਸਕਦੀ ਹੈ ਹਾਲਾਂਕਿ ਐਪਲ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਤਿਰਮੁਲ ਕਾਂਗਰਸ ਦੇ ਸੰਸਦ ਮੈਂਬਰ ਮਊਆ ਮੋਇਤਰਾ ਅਤੇ ਹੋਰ ਨੇਤਾਵਾਂ ਨੂੰ ਚੇਤਾਵਨੀ ਕਿਉਂ ਮਿਲੀ ਹੈ